ਹੈਲੋ एवरीवन 웰ਕਮ ਟੂ ਬ੍ਰੈਟ ਸਕਸੈਸ ਸਟੂਡੈਂਟਸ ਅੱਜ ਆਪਾਂ ਗੱਲ ਕਰਾਂਗੇ ਟਾਪ ਐਮਸੀਕਿਊ ਜੀਓਗ੍ਰਾਫੀ ਠੀਕ ਹੈ ਜੀ ਜੀਓਗ੍ਰਾਫੀ ਨਹੀਂ ਜੋ ਉਹਦੇ ਐਮਸੀਕਿਊ ਬਾਰੇ ਪੜਾਂਗੇ ਤਾਂ ਇਹਦੇ ਵਿੱਚ ਕੀ ਹੈਗਾ ਤੁਹਾਨੂੰ ਮੈਂ ਚੈਪਟਰ ਦੇ ਅਕੋਰਡਿੰਗ ਪਰਵਾ ਦਾਂਗੀ ਐਮਸੀਕਿਊ ਸਾਰੇ ਜੋ ਟੈਟ ਵਗੈਰਾ ਦੇ ਪੇਪਰ ਚ ਠੀਕ ਹੈ ਜੀ ਈਟੀਟੀ ਦਾ ਵੀ ਐਗਜ਼ਾਮ ਹੋਣ ਜਾ ਰਿਹਾ ਹੈਗਾ ਐਨਟੀਟੀ ਦੇ ਐਂਡ ਹੋਰ ਕਈ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਤਾਂ ਇਹਦੇ ਵਿੱਚ ਕੀ ਹੈ ਅਸੀਂ ਦੇਖ ਲੈਨੇ ਕਿ ਸਾਡਾ ਫਰਸਟ ਕੁਐਸ਼ਨ ਕੀ ਹੈ ਕਹਿੰਦੇ ਵੀ ਜੀਓਗ੍ਰਾਫੀ ਪੁਸਤਕ ਕਿਸ ਨੇ ਲਿਖੀ ਸਭ ਤੋਂ ਪਹਿਲਾਂ ਆਪਾਂ ਇਹਦੇ ਰਾਈਟਰ ਬਾਰੇ ਜਾਣਦੇ ਆ ਕਿ ਜੀਓਗ੍ਰਾਫੀ ਪੁਸਤਕ ਸੀ ਜਿਹੜੀ ਉਹ ਕਿੰਨਾ ਨੇ ਲਿਖੀ ਸੀ ਤਾਂ ਆਪਣੇ ਕੋਲੇ ਚਾਰ ਆਪਸ਼ਨ ਨੇ ਪਹਿਲਾ ਹੈ ਹੈਰੋਡੋਟਸ ਦੂਜਾ ਹੈ ਅਰਸਤੂ ਤੀਜਾ ਹੈ ਟਾਲਸੀ ਚੌਥਾ ਹੈ ਇਰੇਟੋਸਥਨੀਜ਼ ਠੀਕ ਹੈ ਜੀ ਤਾਂ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਟੌਲਸੀ ਠੀਕ ਹੈ ਜੀ ਟੌਲਸੀ ਨੇ ਜੀਓਗ੍ਰਾਫੀ ਪੁਸਤਕ ਲਿਖੀ ਸੀ ਸੈਕੰਡ ਕੁਐਸਚਨ ਹੈ ਸਾਡਾ ਕਹਿੰਦੇ ਵੀ ਜੀਓਗ੍ਰਾਫੀ ਸ਼ਬਦ ਦਾ ਅਰਥ ਹੈ ਹੁਣ ਅਸੀਂ ਜੀਓਗ੍ਰਾਫੀ ਦਾ ਇੱਥੇ ਮਤਲਬ ਦੇਖਣਾ ਕੀ ਹੈ ਚਾਰ ਆਪਸ਼ਨ ਨੇ ਪਹਿਲਾ ਹੈ ਧਰਤੀ ਦੀ ਗਤੀ ਦੂਸਰਾ ਹੈ ਧਰਤੀ ਦਾ ਸੰਤੁਲਨ ਤੀਸਰਾ ਹੈ ਧਰਤੀ ਦਾ ਵਰਣਨ ਐਂਡ ਚੌਥਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇੱਥੇ ਜੋ ਰਾਈਟ ਆਨਸਰ ਹੈ ਜੀ ਉਹ ਹੈ ਧਰਤੀ ਦਾ ਵਰਣਨ ਇਹਦਾ ਸਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਹੀ ਆਪਸ਼ਨ ਆਵੇਗਾ ਕਿਉਂਕਿ ਜੀਓਗ੍ਰਾਫੀ ਦੇ ਵਿੱਚ ਜੋ ਵੀ ਸਾਰਾ ਸਿਸਟਮ ਹੁੰਦਾ ਉਹ ਜਿਓ ਮਤਲਬ ਕਿ ਧਰਤੀ ਸਾਡੀ ਧਰਤੀ ਦੇ ਨਾਲ ਵੀ ਭੂਗੋਲ ਦੇ ਨਾਲ ਸਬੰਧਤ ਹੁੰਦਾ ਹੈ ਨੈਕਸਟ ਹੈ ਕਹਿੰਦੇ ਮਾਨਵ ਭੂਗੋਲ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਇਹਦੇ ਵਿੱਚ ਵੀ ਸਾਡੇ ਕੋਲੇ ਚਾਰ ਆਪਸ਼ਨ ਨੇ ਤਾਂ ਪਹਿਲਾ ਆਪਸ਼ਨ ਹੈ ਬਾਲਸ਼ ਦੂਜਾ ਹੈ ਹੰਬੋਲਟ ਐਂਡ ਤੀਸਰਾ ਆਪਸ਼ਨ ਹੈ ਕੋਰਲਟਰ ਤੇ ਚੌਥਾ ਆਪਸ਼ਨ ਹੈ ਜੀਨ ਬਰੂਸ਼ ਠੀਕ ਹੈ ਜੀ ਤਾਂ ਇਹਦੇ ਵਿੱਚ ਜੋ ਰਾਈਟ ਆਨਸਰ ਹੈ ਉਹ ਹੈ ਕੋਰਲ ਰੀਟਰ ਨੈਕਸਟ ਹੈ 4 ਨੰਬਰ ਕੁਐਸਚਨ ਕਹਿੰਦੇ ਭੂਗੋਲਿਕ ਉੱਤਰ ਧਰੋਵ ਅਤੇ ਭੂਗੋਲਿਕ ਦੱਖਣੀ ਧਰੋਵ ਦੋਹਾਂ ਵਿੱਚੋਂ ਕਿਹੜੀ ਧਾਰਾ ਲੰਘਦੀ ਹੈ ਹੁਣ ਅਸੀਂ ਇਹ ਦੱਸਣਾ ਕਿ ਉੱਤਰ ਅਤੇ ਦੱਖਣ ਦੇ ਵਿੱਚੋਂ ਕਿਹੜੀ ਧਾਰਾ ਲੰਘਦੀ ਹੈ ਤਾਂ ਇਹਦੇ ਵਿੱਚ ਕੀ ਹੈਗਾ ਚਾਰ ਆਪਸ਼ਨ ਨੇ ਪਹਿਲਾ ਹੈ 0 ਡਿਗਰੀ ਲੈਟੀਟਿਊਡ ਦੂਸਰਾ ਹੈ 0 ਡਿਗਰੀ ਲੌਂਗੀਟਿਊਡ ਐਂਡ ਤੀਸਰਾ ਹੈ ਟ੍ਰੌਪਿਕ ਆਫ ਕੈਂਸਰ 23.5 ਡਿਗਰੀ ਉੱਤਰ ਐਂਡ ਚੌਥਾ ਹੈ ਟ੍ਰੌਪਿਕ ਆਫ कैप्रीकॉन 23.5 डिग्री ਦੱਖਣ ਤਾਂ ਜੋ ਰਾਈਟ ਆਨਸਰ ਹੈ ਜੀ ਸਾਡਾ ਉਹ ਹੈ 0 ਡਿਗਰੀ ਲੌਂਗੀਟਿਊਡ ਹੁਣ ਉਹ ਕੀ ਕਹਿੰਦੇ ਕਹਿੰਦੇ ਵੀ ਭੂਗੋਲਿਕ ਉੱਤਰ ਧਰੁਵ ਅਤੇ ਦੱਖਣੀ ਧਰੁਵ ਦੋਹਾਂ ਜੋ ਕਿਹੜੀ ਧਾਰਾ ਲੰਘਦੀ ਹੈ ਤਾਂ ਕਿਹੜੀ ਲੰਘਦੀ ਹੈ ਡਿਗਰੀ 0 ਡਿਗਰੀ ਲੌਂਗੀਟਿਊਡ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਪ੍ਰਮੁੱਖ ਦੇਸ਼ਾਂਤ ਰੇਖਾ 0 ਡਿਗਰੀ ਹੁੰਦੀ ਹੈ ਠੀਕ ਹੈ ਜੀ 0 ਡਿਗਰੀ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਕੋਲੋਂ ਗ੍ਰੀਨਵਿਚ ਵਿੱਚੋਂ ਹੋ ਕੇ ਗੁਜ਼ਰਦੀ ਹੈ ਠੀਕ ਹੈ ਜੀ ਕਿਹਦੇ ਚੋਂ ਹੋ ਕੇ ਗੁਜ਼ਰਦੀ ਹੈ ਇਹ ਗੁਜ਼ਰਦੀ ਹੈ ਗ੍ਰੀਨਵਿਚ ਕੋਲੋਂ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੈ ਵੀ ਸਮੇਂ ਦੀ ਕੈਲਕੂਲੇਸ਼ਨ ਆ ਜਿਹੜੀ ਉਹ ਇਸ ਦੇ ਅਕੋਰਡਿੰਗ ਕੀਤੀ ਜਾਂਦੀ ਆ ਤਾਂ ਇਹਦੇ ਵਿੱਚ ਜੋ ਸ਼ੁਰੂ ਵਾਲਾ ਪੁਆਇੰਟ ਹੁੰਦਾ ਜਿਵੇਂ ਆਪਾਂ ਨੂੰ ਉੱਥੇ ਇਹਨਾਂ ਨੇ ਮਤਲਬ ਕਿ ਦੇ ਰੱਖਿਆ ਹੈ ਕਹਿੰਦੇ ਉੱਤਰੀ ਤਰੋਵਾ ਤੇ ਦੱਖਣੀ ਤਰੋਵਾ ਜਿਹੜਾ ਉਹਦਾ ਡਿਸਟੈਂਸ ਹੁੰਦਾ ਹੈ ਠੀਕ ਹੈ ਜੀ ਅਗਲਾ ਕੁਐਸਚਨ ਦੇਖ ਲੈਣੇ ਆ ਪੰਜ ਨੰਬਰ ਕੁਐਸਚਨ ਹੈ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜ ਵਿਗਿਆਨ ਦਾ ਸਕੋਲਿਸਟ ਖੇਤਰ ਦੇ ਨਿਰਨਾਤਮਕ ਮੁਲਾਂਕਣ ਦਾ ਸੰਧ ਨਹੀਂ ਹੈ ਜੋ ਨਹੀਂ ਹੈ ਹੁਣ ਉਹਨਾਂ ਨੇ ਇੱਥੇ ਕੀ ਪੁੱਛਿਆ ਨਹੀਂ ਤਾਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਆਨਸਰ ਦੇਣਾ ਪੀਐਸ ਟੈਟ ਦੇ ਵਿੱਚ ਇਹ ਦਸੰਬਰ 2013 ਦੇ ਵਿੱਚ ਆ ਚੁੱਕਿਆ ਠੀਕ ਹੈ ਜੀ ਤਾਂ ਇਹਦੇ ਵਿੱਚ ਫਸਟ ਆਪਸ਼ਨ ਹੈ ਵਾਰਤਾਲਾਪ ਦਾ ਕੌਸ਼ਲ ਸੈਕੰਡ ਹੈ ਬੌਚォਣਵੇ ਪ੍ਰਸ਼ਨ ਥਰਡ ਹੈ ਪ੍ਰੋਜੈਕਟਰ ਐਂਡ 4 ਹੈ ਮੌਖਿਕ ਪ੍ਰਸ਼ਨ ਤਾਂ ਕੀ ਹੈਗਾ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਪ੍ਰੋਜੈਕਟ ਠੀਕ ਹੈ ਜੀ ਵੀ ਸਮਾਜ ਵਿਗਿਆਨ ਦਾ ਸਕੋਲਿਸਟ ਖੇਤਰ ਦਾ ਜੋ ਨਿਰਨਾਤਮਕ ਮੁਲਾਂਕਣ ਦਾ ਸੰਧ ਨਹੀਂ ਹੈ ਹੁਣ ਵਾਰਤਲਾਪ ਕੌਸ਼ਲ ਵੀ ਉਹਦੇ ਵਿੱਚ ਆ ਜਾਂਦਾ ਇਹਨੂੰ ਵੀ ਆਪਾਂ ਸਹੀ ਮੰਨ ਲੈਣੇ ਆ ਬਹੁਤ ਛੋਟੇ ਮੇਂ ਪ੍ਰਸ਼ਨ ਆ ਜਾਂਦੇ ਆ ਮੌਖਿਕ ਪ੍ਰਸ਼ਨ ਆਉਣ ਦੇ ਪਰਟ ਜੋ ਨਹੀਂ ਆਉਂਦਾ ਉਹ ਹੈ ਪ੍ਰੋਜੈਕਟ ਨੈਕਸਟ ਹੈ 6 ਨੰਬਰ ਕੁਐਸਚਨ ਕਹਿੰਦੇ ਵੀ ਸਮਾਜ ਵਿਗਿਆਨ ਮਨੁੱਖੀ ਵਿਵਹਾਰ ਅਤੇ ਵਾਤਾਵਰਨ ਦੇ ਨਾਲ ਹੇਠ ਲਿਖਿਆਂ ਵਿੱਚੋਂ ਕਿਸ ਦੇ ਨਾਲ ਉਸ ਦੀ ਪ੍ਰਕਿਰਿਆ ਨੂੰ ਸਮਝਣ ਦਾ ਯਤਨ ਕਰਦਾ ਹੈ ਤਾਂ ਇਹਦੇ ਵਿੱਚ ਚਾਰ ਆਪਸ਼ਨ ਨੇ ਸਾਡੇ ਕੋਲ ਪਹਿਲਾ ਹੈ ਸਮਾਜਿਕ ਸੰਸਥਾਵਾਂ ਦੂਸਰਾ ਹੈ ਸਮਾਜ ਤੀਸਰਾ ਹੈ ਫਿਰਕਾ ਚੌਥਾ ਹੈ ਸਮਾਜਿਕ ਵਰਤਾਰਾ ਤਾਂ ਉਹਨਾਂ ਨੇ ਕੀ ਪੁੱਛਿਆ ਹੈਗਾ ਕਹਿੰਦੇ ਵੀ ਸਮਾਜ ਵਿਗਿਆਨ ਮਨੁੱਖੀ ਵਿਵਹਾਰ ਅਤੇ ਵਾਤਾਵਰਣ ਦੇ ਨਾਲ ਵੀ ਕਿਹੜੀ ਪ੍ਰਕਿਰਿਆ ਨੂੰ ਸਮਝਦਾ ਹੈ ਸਮਾਜ ਨੇ ਮਨੁੱਖੀ ਵਿਵਹਾਰ ਨੂੰ ਤਾਂ ਸਮਝਣਾ ਹੀ ਸਮਝਣਾ ਤਾਂ ਸਮਾਜਿਕ ਸੰਸਥਾਵਾਂ ਸਮਾਜ ਦੇ ਵਿੱਚ ਜੋ ਸਮਾਜਿਕ ਸੰਗਠਨ ਬਣੇ ਹੋਏ ਹੁੰਦੇ ਨੇ ਉਹਨਾਂ ਦੇ ਅਕੋਰਡਿੰਗ ਵੀ ਇਹ ਵਾਤਾਵਰਣ ਨੂੰ ਸਮਝਣ ਦੀ ਯਤਨ ਕਰਦਾ ਹੈ ਇਹ ਵੀ ਪੀਐਸਟੈਟ ਦੇ ਵਿੱਚ ਕੁਐਸਚਨ ਆਇਆ ਹੋਇਆ ਥਰਡ ਨੰਬਰ ਹੈ ਆਹ ਸੋਰੀ 7 ਹੈ ਕਹਿੰਦੇ ਵੀ ਮਨੁੱਖੀ ਅਧਿਐਨ ਦੀ ਵਿਗਿਆਨਕ ਪਹੁੰਚ ਹੀਠ ਲਿਖੇ ਪ੍ਰਖੇਪ ਨੂੰ ਸ਼ਾਮਿਲ ਕਰਨ ਦੀ ਲੋੜ ਤੇ ਬਲ ਦਿੰਦੀ ਹੈ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਜੀ ਟਟ ਦੇ ਵਿੱਚ ਆਇਆ ਹੋਇਆ ਤਾਂ ਇਹਦੇ ਵਿੱਚ ਕੀ ਹੈਗਾ ਚਾਰ ਆਪਸ਼ਨ ਨੇ ਸਾਡੇ ਕੋਲ ਪਹਿਲਾ ਹੈ ਕਲਾ ਗਣਿਤ ਅਤੇ ਵਿਗਿਆਨ ਦੇ ਐਂਡ ਦੂਸਰਾ ਹੈ ਕੁਦਰਤ ਸੱਭਿਆਚਾਰ ਅਤੇ ਸભ્યਤਾ ਦੇ ਤੀਸਰਾ ਹੈ ਕੁਦਰਤੀ ਵਿਗਿਆਨ ਸਮਾਜ ਵਿਗਿਆਨ ਅਤੇ ਹਿਮਨਿਟੀਜ਼ ਚੌਥਾ ਹੈ ਉਪਰੋਕਤ ਸਾਰੇ ਹੀ ਹੁਣ ਉਹ ਕਹਿੰਦੇ ਵੀ ਮਨੁੱਖੀ ਦੇਨ ਦੀ ਵਿਗਿਆਨਕ ਪਹੁੰਚ ਕਿੱਥੋਂ ਤੱਕ ਪਹੁੰਚੀ ਹੈ ਕਾਹਦੇ ਤੇ ਬਲ ਦਿੰਦੀ ਆ ਤਾਂ ਉਹ ਦਿੰਦੀ ਆ ਕੁਦਰਤੀ ਵਿਗਿਆਨ ਸਮਾਜ ਵਿਗਿਆਨ ਅਤੇ ਹਿਮਨਿਟੀਜ਼ ਤੇ ਠੀਕ ਹੈ ਜੀ ਅਗਲਾ ਕੁਸ਼ਣ ਦੇਖ ਲੈਣੇ ਆ ਕਹਿੰਦੇ ਵੀ ਉਹ ਵਿਗਿਆਨ ਜਿਹੜਾ ਪ੍ਰithvi ਅਤੇ ਇਸ ਦੀ ਭੂਏ ਲੱਛਣ ਵਾਸੀਆਂ ਤੇ ਵਰਤਾਰੇ ਦੇ ਧਿਆਨ ਨਾਲ ਸੰਬੰਧਿਤ ਹੈ ਇਹ ਵੀ ਟੈਟ ਦੇ ਵਿੱਚ ਆਇਆ ਹੋਇਆ ਜੀ ਨੋਟ ਕਰਨ ਵਾਲੀ ਗੱਲ ਹੈਗੀ ਆ ਤਾਂ ਇਹਦੇ ਵਿੱਚ ਕੀ ਹੈ ਚਾਰ ਆਪਸ਼ਨ ਨੇ ਸਾਡੇ ਕੋਲੇ ਚਾਰਾਂ ਦੇ ਵਿੱਚੋਂ ਅਸੀਂ ਦੇਖਣਾ ਕਿ ਰਾਈਟ ਆਪਸ਼ਨ ਕੀ ਹੈ ਤਾਂ ਪਹਿਲਾ ਹੈ ਪਥਰਾਟ ਵਿਗਿਆਨ ਦੂਸਰਾ ਹੈ ਪੰਘੋਲ ਸ਼ਾਸਤਰ ਤੀਸਰਾ ਹੈ ਜੀਵ ਵਿਗਿਆਨ ਚੌਥਾ ਹੈ ਸਮਾਜ ਵਿਗਿਆਨ ਤਾਂ ਜੋ ਰਾਈਟ ਆਨਸਰ ਹੈ ਉਹ ਹੈ ਸਮਾਜ ਵਿਗਿਆਨ ਠੀਕ ਹੈ ਜੀ ਅਗਲਾ ਕੁਐਸਚਨ ਹੈ ਸਾਡਾ 9 ਨੰਬਰ ਕਹਿੰਦੇ ਸਭ ਤੋਂ ਪਹਿਲਾਂ ਜੀਓਗ੍ਰਾਫਿਕ ਅਰਥਾਤ ਭੂਗੋਲ ਸ਼ਬਦ ਦਾ ਪ੍ਰਯੋਗ ਕਿਸ ਨੇ ਕੀਤਾ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਪ੍ਰਯੋਗ ਕੀਤਾ ਸੀ ਉਹਨਾਂ ਬਾਰੇ ਦੇਖਣਾ ਸੀ ਚਾਰ ਆਪਸ਼ਨ ਨੇ ਪਹਿਲਾ ਹੈ ਇਰਾਟੋਸਥਨੀਸ ਦੂਸਰਾ ਹੈ ਥਾਮਸਨ ਤੀਸਰਾ ਹੈ ਇੱਥੇ ਹੋਣਾ ਸੀ ਬੌਲਸ਼ ਠੀਕ ਹੈ ਜੀ ਤਾਂ ਜੋ ਰਾਈਟ ਆਪਸ਼ਨ ਹੈ ਉਹ ਹੈ ਇਰਾਟੋਸਥਨੀਸ ਇਹਨਾਂ ਨੇ ਸਭ ਤੋਂ ਪਹਿਲਾਂ ਪੰਘੋਲ ਸ਼ਬਦ ਦਾ ਪ੍ਰਯੋਗ ਕੀਤਾ ਸੀ ਨੈਕਸਟ ਹੈ 10 ਨੰਬਰ ਕੁਐਸਚਨ ਹੈ ਕਿਹਨੇ ਪੰਘੋਲ ਸ਼ਬਦ ਦੀ ਉਤਪਤੀ ਕਿਹੜੇ ਸ਼ਬਦਾਂ ਤੋਂ ਮਿਲ ਕੇ ਹੋਈ ਠੀਕ ਹੈ ਜੀ ਚਾਰ ਆਪਸ਼ਨ ਨੇ ਪਹਿਲਾ ਹੈ ਫਾਰਸੀ ਦੂਸਰਾ ਹੈ ਅਰਬੀ ਤੀਸਰਾ ਹੈ ਜੁਨਾਨੀ ਐਂਡ ਚੌਥਾ ਹੈ ਫ੍ਰਾਂਸੀਸੀ ਤਾਂ ਇਹਦੇ ਵਿੱਚ ਕੀ ਆ ਅਸੀਂ ਦੇਖਣਾ ਜੋ ਰਾਈਟ ਆਪਸ਼ਨ ਹੈ ਉਹ ਹੈ 3rd ਨੰਬਰ ਜੁਨਾਨੀ ਕਿ ਜੁਨਾਨੀ ਭਾਸ਼ਾ ਤੋਂ ਮਿਲ ਕੇ ਜਿਹੜੇ ਦੋ ਸ਼ਬਦ ਸੀ ਉਹ ਬਣੇ ਸੀ ਤਾਂ ਇਹਦੇ ਵਿੱਚ ਕੀ ਹੈਗਾ ਜੀਓ ਪਲੱਸ ਗ੍ਰਾਫੀ ਇਹ ਦੋ ਸ਼ਬਦ ਆ ਜਿਹੜੇ ਉਹ ਬਣੇ ਸੀ ਜੁਨਾਨੀ ਭਾਸ਼ਾ ਤੋਂ ਮਿਲ ਕੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਜੋ ਇੰਪੋਰਟੈਂਟ ਕੁਐਸਚਨ ਨੇ ਭੂਗੋਲ ਦੇ ਉਹ ਤੁਹਾਨੂੰ ਮੈਂ ਕਰਵਾ ਦਿੱਤੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਮਿਲਦੀ ਰਹੇ ਬੈਲ ਆਈਕਨ ਨੂੰ ਦਬਾ ਲਿਆ ਕਰੋ ਠੀਕ ਹੈ ਜੀ ਐਂਡ ਵੀਡੀਓ ਨੂੰ ਲਾਈਕ ਕਰਦਿਆ ਕਰੋ ਥੈਂਕ ਯੂ